ਇੰਡਸਟਰੀ ਨੇ ਸਭ ਤੋਂ ਤੇਜ਼ ਥਾਵਾਂ ਦੇਖਣ ਵਾਦੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ ਸਸੀ ਗਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਮੈਂ ਤੁਹਾਡਾ ਆਪਣਾ ਨਵਦੀਪ ਬਰਾੜ ਤੇ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਥੈਂਕ ਯੂ ਤੁਹਾਡਾ ਸਪੋਰਟ ਕਰਨ ਵਾਲਿਆਂ ਦੇ ਬਹੁਤ ਮੈਸੇਜ ਆਏ ਬਹੁਤ ਫੋਨ ਆਏ ਜਿੰਨਿਆਂ ਕਿ ਹੋ ਸਕੀ ਜਿਵੇਂ ਚੱਕ ਕੇ ਕਈਆਂ ਨੇ ਮੈਂ ਨਹੀਂ ਚੱਕ ਪਾਇਆ ਤੇ ਮੇਰਾ ਜਿਹੜਾ ਫੇਸਬੁੱਕ ਦਾ ਅਕਾਊਂਟ ਆ ਤੁਸੀਂ ਫੋਲੋ ਕਰ ਸਕਦੇ ਹੋ ਨਵਦੀਪ ਬਰਾੜਾ ਜੀ ਪੇਜ ਮੇਰਾ ਜਿਹੜਾ ਬਣਿਆ ਹੋਇਆ ਤੇ ਇੰਸਟਾ ਤੇ ਅਫੀਸ਼ੀਅਲ ਨਵਦੀਪ ਬਰਾੜ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਗੁਰਜੰਟ ਸਿੰਘ ਜੀ ਬਾਰੇ ਜਿਨ੍ਹਾਂ ਨੇ ਜਿਨ੍ਹਾਂ ਦੇ ਘਰਦਿਆਂ ਨੇ ਆਪਣੇ ਤਾਂ ਹੀ ਸ਼ਾਇਦ ਉਹਨਾਂ ਚੀਜ਼ਾਂ ਨੂੰ ਗਾਲਾਂ ਕਹਿੰਦੇ ਨੇ ਆਪਣੇ ਗੁਰੂਆਂ ਨੇ ਵੀ ਉਸ ਚੀਜ਼ਾਂ ਨੂੰ ਗਲਤ ਦੱਸਿਆ ਪਰ ਕੰਜਰ ਕੰਜਰੀਆਂ ਗੰਦੇ ਆਂਡੇ ਹਰਾਮ ਦੇ ਆ ਇਹਨਾਂ ਚੀਜ਼ਾਂ ਨੂੰ ਗਰਜੰਟ ਸਿੰਘ ਜੀ ਨੂੰ ਉਹਨਾਂ ਦੇ ਫਾਦਰ ਸਾਹਿਬ ਨੇ ਤੇ ਉਹਨਾਂ ਦੀ ਮਾਤਾ ਜੀ ਨੇ ਛੋਟੇ ਹੁੰਦਿਆਂ ਤੋਂ ਇਹ ਚੀਜ਼ਾਂ ਸਿਖਾਈਆਂ ਨੇ ਜੀ ਤੇ ਮੈਂ ਚਾਹਣਾ ਜੀ ਵੀ ਉਹ ਬਹੁਤ ਨਾਮ ਰੋਸ਼ਨ ਕਰ ਰਹੇ ਨੇ ਆਪਦੇ ਮੰਮੀ ਡੈਡੀ ਦਾ ਆਪਦੇ ਦਾਦੇ ਦਾ ਦੀ ਆਪਦੀਆਂ ਪੀੜੀਆਂ ਦਾ ਨਾਮ ਰੋਸ਼ਨ ਕਰ ਰਹੇ ਨੇ ਗਰਜੰਤ ਸਿੰਘ ਜੀ ਤੁਸੀਂ ਤੁਸੀਂ ਬਹੁਤ ਹੀ ਸ਼ੁਭ ਵਿਚਾਰਾਂ ਦੇ ਵਿੱਚ ਮੇਰਾ ਕੁਝ ਪਾਇਆ ਜੀ ਬਹੁਤ ਹੀ ਚੰਗੇ ਤੁਸੀਂ ਮੇਰੇ ਘਰਦਿਆਂ ਬਾਰੇ ਵੀ ਬਹੁਤ ਸੋਹਣੇ ਵਿਚਾਰ ਤੁਸੀਂ ਆਪਦੇ ਰੱਖੇ ਆ ਹਨਾ ਤੇ ਬਹੁਤ ਸੋਹਣਾ ਮੇਰੇ ਬਾਰੇ ਵੀ ਥੋੜੀ ਸ਼ਬਦਾਵਲੀ ਬਹੁਤ ਸੋਹਣੀ ਸੀਗੀ ਗਰਜੰਤ ਸਿੰਘ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਸੀਂ ਦੰਗੇ ਕਰਵਾ ਦੇਣੇ ਕਿਸੇ ਦਿਨ ਪੰਜਾਬ ਦੇ ਵਿੱਚ ਜਿਹੜੇ ਤੁਸੀਂ ਸਿੰਗਰਾਂ ਨੂੰ ਕਦੇ ਇਹਨੂੰ ਫੜ ਲੈਣੇ ਹੋ ਕਦੇ ਇਹਨੂੰ ਫੜ ਲੈਣੇ ਹੋ ਲੋਕਾਂ ਨੇ ਭੜਕ ਜਾਣਾ ਕਿਸੇ ਸ਼ੋਅ ਤੇ ਲੜਾਈ ਹੋ ਜਣੀ ਆ ਲੋਕਾਂ ਨੇ ਸਿੰਗਰ ਵਾਲਿਆਂ ਨੇ ਥੋੜਿਆਂ ਨੂੰ ਪਹਿਣਾ ਥੋੜੇ ਵਾਲਿਆਂ ਨੇ ਇਧਰ ਪਹਿ ਜਾਣਾ ਥੋੜਾ ਜਾਣਾ ਕੁਛ ਨਹੀਂ ਤੁਸੀਂ ਆਸਟ੍ਰੇਲੀਆ 'ਚ ਬੈਠੇ ਆ ਆਪਦੀ ਉਹ ਜਿਹੜੇ ਤੁਹਾਡੇ ਸਿੰਘ ਆ ਜੀ ਉਹ ਵਿਚਾਰੇ ਮੇਰੀ ਉਮਰ 20 ਸਾਲ ਮੇਰੀ ਉਮਰ ਆਈ ਮੇਰੇ ਵਰਗੇ ਕਈ ਮੁੰਡੇ ਜਿਹੜੇ ਤੁਸੀਂ 21 22 22 ਸਾਲਾਂ ਕੋਈ 25 ਸਾਲਾਂ ਦੇ 30 ਦੀ 35 ਪੈਂਦੀ ਸਾਲਾਂ ਦੇ ਵੀ ਤੁਸੀਂ ਆਉਂਦੀਆਂ ਗੱਲਾਂ ਦੇ ਵਿੱਚ ਲਾ ਕੇ ਜਿਹੜਾ ਪੜਕਾਰ ਰਹੇ ਹੋ ਜਵਾਨੀ ਖਰਾਬ ਕਰ ਦੋਗੇ ਤੁਸੀਂ ਪੰਜਾਬ ਦੀ ਤੇ ਉਹ ਵੀ ਉਹ ਜੀ ਜਵਾਨੀ ਦੇ ਜੋਸ਼ ਦੇ ਵਿੱਚ ਜਿਹੜਾ ਕਿ ਤੁਹਾਡੇ ਪਿੱਛੇ ਲੱਗੇ ਹੋਏ ਨੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਉਹ ਕਿਤੇ ਵੀ ਜਾ ਕੇ ਆਪਦਾ ਕੁਝ ਕਰ ਦਿੰਦੇ ਨੇ ਹਨਾ ਕਈ ਨੇ ਕਈ ਤੁਹਾਨੂੰ ਗਾਲਾਂ ਵੀ ਬਹੁਤ ਕੱਢ ਦੇਣੀ ਜੀ ਹਨਾ ਤੇ ਜਿਹੜੇ ਸਮਝਦਾਰ ਨਹੀਂ ਮੈਂ ਸਹੀ ਇਹ ਮੈਂ ਚ ਦੱਸੂਗਾ ਬਾਕੀ ਗਾਲਾਂ ਕੱਢਣੀ ਕੋਈ ਸਮਝਦਾਰੀ ਨਹੀਂ ਪਰ ਜਿਹੜੇ ਸਮਝਦਾਰ ਨੇ ਉਹਨਾਂ ਨੂੰ ਗੁੱਸਾ ਆਉਂਦਾ ਤੁਹਾਡੇ ਤੇ ਤੇ ਕਿਉਂਕਿ ਤੁਸੀਂ ਕੰਮ ਹੀ ਇਦਾਂ ਦੇ ਕਰ ਰਹੇ ਹੋ ਤੇ ਤੁਸੀਂ ਏਦਾਂ ਕਿਉਂ ਕਰ ਰਹੇ ਹੋ ਯਾਰ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਗੁਰਬਾਣੀ ਦਾ ਸਹਾਰਾ ਕਿਉਂ ਲੈ ਰਹੇ ਹੋ ਤੁਹਾਨੂੰ ਗੁਰਬਾਣੀ ਦੇ ਵਿੱਚ ਗੁਰਬਾਣੀ ਦਾ ਸਹਾਰਾ ਲੈਣਾ ਛੱਡ ਦਿਓ ਗੁਰਜੰਤ ਸਿੰਘ ਜੀ ਤੁਸੀਂ ਉਹ ਇੱਕ ਮੈਂ ਤੁਹਾਨੂੰ ਹੁਣ ਬੋਲਣਾ ਨਹੀਂ ਚਾਹੁੰਦਾ ਮੇਰੇ ਅੰਦਰੋਂ ਪਰ ਜਾਗ ਰਿਹਾ ਤੁਸੀਂ ਇਦਾਂ ਦੇ ਗੰਦੇ ਇਨਸਾਨ ਹੋ ਮਤਲਬ ਗੰਦਾ ਖੂਨ ਆ ਤੁਹਾਡੇ ਵਿੱਚ ਕੀ ਤੁਸੀਂ ਗੁਰਬਾਣੀ ਦਾ ਇੰਨਾ ਮਿਸਯੂਜ਼ ਕਰ ਰਹੇ ਹੋ ਗੁਰਬਾਣੀ ਨੂੰ ਸਾਹਮਣੇ ਰੱਖ ਕੇ ਤੁਸੀਂ ਯਾਰ ਕਿ ਗੁਰੂਆਂ ਦੀਆਂ ਗੱਲਾਂ ਕਿਉਂ ਇਦਾਂ ਦੀਆਂ ਗਲਤ ਤੁਹਾਨੂੰ ਪਬਲਿਸਿਟੀ ਚਾਹੀਦੀ ਤੁਸੀਂ ਜਿਨੂੰ ਮਰਜ਼ੀ ਗਾਲਾਂ ਕੱਢ ਲਓ ਯਾਰ ਤੁਸੀਂ ਤੁਹਾਨੂੰ ਖੁੱਲੀ ਛੋੜਿਆ ਤੁਸੀਂ ਜਿਨੂੰ ਮਰਜ਼ੀ ਗਾਲਾਂ ਕੱਢ ਲਓ ਲੋਕੀ ਵੀ ਤੁਹਾਨੂੰ ਕੱਢੀ ਜਾਣਗੇ ਗਾਲਾਂ ਪਰ ਗੁਰੂ ਨੂੰ ਵਿੱਚ ਲਿਆਉਣੇ ਯਾਰ ਗੁਰੂ ਦੀ ਮੱਤ ਵਾਲੀ ਗੱਲ ਹੈਗੀ ਥੋਡੀ ਕੋਈ ਤੁਸੀਂ ਕਹਿੰਦੇ ਹੋ ਵੀ ਤੁਸੀਂ ਦੇਖੋ ਗੁਰਬਾਣੀ ਦੇ ਦੋ ਪਹਿਲੂ ਆ ਗੁਰਬਾਣੀ ਕਹਿੰਦੀ ਚੁੱਪਿਆ ਚੁੱਪ ਨਾ ਹੋਏ ਜੇ ਲਾਏ ਰਿਆਂ ਲੇਵਤਾਰ ਹੈਨਾ ਕਿ ਚੁੱਪ ਹੋਣ ਨਾਲ ਕੁਝ ਨਹੀਂ ਹੋਣਾ ਤੇ ਗੁਰਬਾਣੀ ਇੱਕ ਪਾਸੇ ਕਹਿੰਦੀ ਬਹੁਤਾ ਬ ਹੈਣਾ ਹੁਣ ਤੁਸੀਂ ਗੁਰਬਾਣੀ ਦੀ ਉਹ ਸ਼ਬਦ ਨੂੰ ਚੱਕ ਲੈ ਚੁੱਪ ਚੁੱਪ ਨਾਲ ਵੀ ਚੁੱਪ ਰਹਿਣ ਨਾਲ ਕੁਛ ਨਹੀਂ ਬੋਲੀ ਜਾਣਾ ਤੇ ਗੁਰਬਾਣੀ ਕਹਿੰਦੀ ਜਿੰਨਾ ਤੁਸੀਂ ਬੋਲਦੇ ਹੋ ਉਹ ਬਹੁਤਾ ਬੋਲੇ ਵੀ ਚੱਕਣ ਹੋਏ ਤੁਸੀਂ ਗੁਰਬਾਣੀ ਦੇ ਦੋ ਸ਼ਬਦਾਂ ਨੂੰ ਨਹੀਂ ਗੁਰੂ ਸਾਹਿਬ ਨੇ ਟਾਈਮ ਟਾਈਮ ਦੇ ਹਿਸਾਬ ਨਾਲ ਗੁਰਬਾਣੀ ਲਿਖੀ ਆ ਨਾ ਕਿ ਇੱਕੋ ਤਰ੍ਹਾਂ ਲਿਖੀ ਆ ਹੁਣ ਆਪਾਂ ਜੇ ਮੰਨੀਏ ਤਾਂ ਮੰਨਣ ਵਾਲਿਆਂ ਤਾਂ ਗੁਰਬਾਣੀ ਦੇ ਵਿੱਚੋਂ ਅਰਥ ਕੱਢ ਕੇ ਵੀ ਬਣਾ ਲਿਆ ਵੀ ਮਾਸ ਖਾਣਾ ਗਲਤ ਨਹੀਂ ਹੈਣਾ ਜੋ ਮੈਂ ਕਿਸ ਸਪਸ਼ਟ ਗੱਲ ਕਰਦਾ ਉਦਾਂ ਹੀ ਤੁਸੀਂ ਗੁਰਬਾਣੀ ਦੇ ਹਿਸਾਬ ਨਾਲ ਅਸਲ ਦੇ ਵਿੱਚ ਨਾ ਰੱਬ ਦੇ ਬਣਾਏ ਰੂਲਾਂ ਦੇ ਵਿੱਚ ਨਹੀਂ ਤੁਸੀਂ ਚੱਲ ਰਹੇ ਹਰ ਬੰਦਾ ਆਪਦੇ ਹਿਸਾਬ ਨਾਲ ਰੱਬ ਨੂੰ ਤੋੜ ਲੈਂਦਾ ਤੇ ਆਪਦੇ ਆਪ ਨੂੰ ਉਹਦੇ ਵਿੱਚ ਫਿੱਟ ਕਰ ਲੈਂਦਾ ਕਦੇ ਵੀ ਰੱਬ ਨੇ ਜਿਹੜੇ ਰੂਲ ਬਣਾਏ ਉਹਨੂੰ ਤਾਂ ਆਪਾਂ ਫੋਲੋ ਨਹੀਂ ਕਰਦੇ ਤੇ ਇਹ ਤੁਹਾਡੀ ਸ਼ਬਦਾਵਲੀ ਬਹੁਤ ਚੰਗੀ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਸਹੀ ਹੋ ਗੁਰਜੰਤ ਸਿੰਘ ਜੀ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੇ ਲੱਗਦਾ ਤੁਸੀਂ ਸਹੀ ਹੋ ਤਾਂ ਮੇਰੇ ਨਾਲ ਜਿੱਦਣ ਮਰਜੀ ਫੇਸਬੁੱਕ ਦੇ ਉੱਤੇ ਜਿਹੜੇ ਮਰਜੀ ਚੈਨਲ ਦੇ ਉੱਤੇ ਲਾਈਵ ਲਾਈਵ ਬੈਠ ਕੇ ਮੇਰੇ ਨਾਲ ਤੁਸੀਂ ਗੱਲ ਕਰ ਲਿਓ ਫੇਸਬੁਕ ਤੇ ਜਿੱਥੇ ਕਹੋਗੇ ਤੁਸੀਂ ਜਿਹੜੇ ਮੇਰੇ ਪੇਜ ਤੋਂ ਜੋ ਤੁਹਾਡੇ ਪੇਜ ਤੋਂ ਲਾਈਵ ਹੋ ਜਾਣਗੇ ਜਾਂ ਤੁਸੀਂ ਆਪਦੇ ਪੇਜ ਤੋਂ ਜੋ ਏਦੋਂ ਮੈਂ ਮੇਰੇ ਪੇਜ ਤੋਂ ਹੋ ਜਾऊंगा ਜਿੱਦਾਂ ਮਰਜੀ ਤੁਸੀਂ ਕਰ ਲਿਓ ਤੁਹਾਨੂੰ ਮੈਂ ਇੱਕ ਇੱਕ ਗੱਲ ਤੇ ਗਲਤ ਸਾਬਿਤ ਕਰ ਸਕਦਾ ਪੰਜਾਬ ਦੀ ਜਵਾਨੀ ਰੋਲ ਰਹੇ ਹੋ ਤੁਸੀਂ ਜਿਹੜੀਆਂ ਆਪਦੇ ਪਿੱਛੇ ਲਾ ਕੇ ਸਿੰਗਰਾਂ ਨੂੰ ਫੜ ਲਓ ਤੁਸੀਂ 1990 ਤੋਂ ਲੈ ਕੇ ਜੀ ਆ ਗਾਣੇ ਚੱਲਦੇ ਆ ਰਹੇ ਆ ਏਦਾਂ ਦੇ ਗਾਣੇ ਚਲੋ ਠੀਕ ਆ ਮੰਨਦੇ ਆ ਕੁਝ ਕੁ ਗਾਣੇ ਹੁੰਦੇ ਜਿਹੜੇ ਬਹੁਤ ਹੀ ਜ਼ਿਆਦਾ ਗਲਤ ਹੁੰਦੇ ਆ ਕੁਝ ਗਾਣੇ ਇੱਕ ਜਸਟ ਨਾਰਮਲ ਹਾਸੇ ਮਜ਼ਾਕ ਹੁੰਦਾ ਜੀ ਕਈ ਗਾਣੇ ਜ਼ਿਆਦਾ ਹੀ ਹੋ ਜਾਂਦੇ ਆ ਤੁਹਾਨੂੰ ਕੀ ਲੱਗਦਾ ਵੀ ਜੀ ਦੱਸੋ ਤੁਸੀਂ ਇੱਕ ਸਿਆਣੇ ਜੰਪੇ ਜੀ ਤੁਹਾਡੇ ਮਾਂ ਪਿਓ ਨੇ ਜੰਮਤਾ ਤੁਹਾਨੂੰ ਤੇ ਮੈਂ ਫਿਰ ਵੀ ਇੱਕ ਵਾਰੀ ਗੱਲ ਕਹੂੰਗਾ ਤੁਹਾਨੂੰ ਜੇ ਦਮ ਹੈ ਜੇ ਦਮ ਹੈ ਗੁਰਜੰਟ ਸਿੰਘ ਜੀ ਤੁਹਾਡੇ ਚ ਤਾਂ ਮੇਰੇ ਨਾਲ ਨਾ ਲਾਈਵ ਫੇਸਬੁੱਕ ਤੇ ਕਿਸੇ ਮਰਜ਼ੀ ਚੈਨਲ ਤੇ ਬੈਠ ਜਾਓ ਮੈਂ ਤੁਹਾਨੂੰ ਇੱਕ ਇੱਕ ਗੱਲ ਦੇ ਵਿੱਚ ਗਲਤ ਸਾਬਿਤ ਕਰ ਸਕਦਾ ਇੱਕ ਇੱਕ ਗੱਲ ਦੇ ਵਿੱਚ ਗਲਤੋਂ ਤੁਸੀਂ ਗੰਦਾ ਖੂਨ ਆ ਤੁਹਾਡਾ ਗੰਦਾ ਤੁਸੀਂ ਗੰਦੀ ਮੈਨੂੰ ਬੋਲਣਾ ਨਹੀਂ ਚਾਹੁੰਦਾ ਮੈਂ ਆਪਣੀ ਜ਼ੁਬਾਨ ਕੀ ਗੰਦੀ ਕਰਨਾ ਮੇਰੇ ਘਰ ਦੇਣੇ ਮੈਨੂੰ ਜ਼ੁਬਾਨ ਗੰਦੀ ਕਰਨਾ ਸਿਖਾਇਆ ਨਹੀਂ ਮੈਨੂੰ ਗਾਲਾਂ ਸਿਖਾਈਆਂ ਨਹੀਂ ਮੇਰੇ ਘਰ ਦੇਣੇ ਤੁਹਾਨੂੰ ਇੰਨੀਆਂ ਗਾਲਾਂ ਤੁਹਾਡੇ ਘਰ ਦੇਣੇ ਗੁੜਤੀ ਦਿੱਤੀ ਸੀ ਮੈਨੂੰ ਲੱਗਦਾ ਗਾਲਾਂ ਦੀ ਤੇ ਤੁਸੀਂ ਇਹਨਾਂ ਗਲਤ ਬੋਲਦੇ ਹੋ ਕੁੜੀਆਂ ਬਾਰੇ ਗੁਰੂ ਸਾਹਿਬ ਨੇ ਕਿਹਾ ਸੋਕਿਉ ਮੰਦਾ ਆਖੀ ਜਿੱਤ ਜਮੇ ਰਾਜਨ ਗੁਰੂ ਸਾਹਿਬ ਨੇ ਜੇ ਕੰਜਰੀਆਂ ਕਿਹਾ ਨਾ ਤਾਂ ਉਹ ਗੁਰੂ ਸਾਹਿਬ ਸੀਗੇ ਤੁਸੀਂ ਗੁਰੂ ਸਾਹਿਬ ਨਹੀਂ ਹੈਗੇ ਵੀ ਤੁਸੀਂ ਕੰਜਰੀਆਂ ਕਹਿ ਰਹੇ ਹੋ ਕੁੜੀਆਂ ਨੂੰ ਤੁਸੀਂ ਕਿਸੇ ਨੂੰ ਕੀ ਕਹਿ ਰਹੇ ਹੋ ਉਹ ਗੱਲਾਂ ਹੋ ਗਈਆਂ ਚਲੋ ਛੱਡੋ ਉਹ ਗੱਲਾਂ ਤੁਸੀਂ ਫੇਰ ਕਹੋਗੇ ਪੁਰਾਣੀਆਂ ਫੜਦਾ ਪਰ ਗੱਲ ਮੈਂ ਥੋੜੀ ਕਰ ਰਿਹਾ ਜੇ ਤੁਹਾਡੇ ਚ ਹੈ ਦਮ ਨਾ ਤਾਂ ਨਾਲ ਬਹਿ ਜਾਓ ਤੁਹਾਨੂੰ ਗਲਤ ਨਾ ਸਾਬਿਤ ਕੀਤਾ ਤਾਂ ਮੈਂ ਤੁਸੀਂ ਕਿਹੜੀਆਂ ਕਹਿੰਦੇ ਤੁਸੀਂ ਆਪਦੀਆਂ ਫੇਕ ਆਈਡੀਆਂ ਤੋਂ ਮੈਨੂੰ ਕਮੈਂਟ ਕਰਾਈ ਜੰਨੇ ਹੋ ਫੇਕ ਨੰਬਰਾਂ ਤੋਂ ਮੈਸੇਜ ਕਰਾਈ ਜੰਨੇ ਹੋ ਵੀ ਦਾੜੀ ਕਟਾ ਦੇ ਕੇਸ ਕਟਾ ਦੇ ਥੋੜੀ ਜਾਣਕਾਰੀ ਲਈ ਦੱਸ ਦਿਆਂ ਮੈਂ 3 ਸਾਲ ਪਹਿਲਾਂ ਹੀ ਕੇਸ ਰੱਖਿਆ ਤੇ ਦਾੜੀ ਰੱਖੀ ਆ ਗੁਰੂ ਸਾਹਿਬ ਨਾਲ ਜਦੋਂ ਮੈਨੂੰ ਸਮਝ ਲੱਗੀ ਉਦੋਂ ਹੀ ਮੈਂ ਰੱਖੀ ਪਹਿਲਾਂ ਨਹੀਂ ਰੱਖੀ ਸੀ ਮੈਂ ਉਸ ਤੋਂ ਬਾਅਦ ਮੈਨੂੰ ਰੱਖੀ ਜਦ ਸਮਝ ਆਈ ਪਰ ਤੁਸੀਂ ਤਾਂ ਯਾਰ ਮੈਨੂੰ ਨਹੀਂ ਲੱਗਦਾ ਵੀ ਬਹੁਤ ਵੱਡੇ ਸਮਝਦਾਰ ਤੁਸੀਂ ਆਪਦੇ ਆਪ ਨੂੰ ਸਮਝਦੇ ਹੋ ਜਵਾਨੀ ਪੰਜਾਬ ਦੀ ਖਰਾਬ ਨਾ ਕਰੋ ਆ ਗੱਲਾਂ ਚਲਾ ਕੇ ਬਹੁਤ ਮੁੱਦੇ ਨੇ ਲੋਕਾਂ ਨੂੰ ਕੰਮ ਕਰ ਲੈਣ ਦਿਓ ਕਿਸਾਨ ਭੁੱਖਾ ਮਰ ਰਿਹਾ ਉਹਨੂੰ ਕੰਮ ਧੰਦਾ ਕਰ ਲੈਣ ਦਿਓ ਆ YouTube ਦੇ ਚੱਕਰਾਂ 'ਚ ਤੁਸੀਂ ਜਿਹੜਾ ਲਜਾਇਆ Facebook 'ਤੇ ਜਿਹੜਾ ਲਾਇਆ ਕੰਮ ਧੰਦਾ ਕਰ ਲੈਣ ਦਿਓ ਉਹ ਆਪਦੀ ਰੋਟੀ ਪਕਾਉਣ ਤੇ ਹੁਣ ਲੱਚਰ ਤਾਂ ਲੱਚਰ ਤਾਂ ਇੱਕੋ ਗੱਲ ਫੜੀ ਆ ਕੋਈ ਗੱਲ ਹੈਗੀ ਆ ਤੁਹਾਡੇ ਕੋਲ ਹੋਰ ਆਹ ਆਸਟ੍ਰੇਲੀਆ ਜੇ ਬੈਠੇ ਹੋ ਤੁਸੀਂ ਕਹਿੰਦੇ ਕੀ ਮੈਂ ਜੀ ਉੱਥੋਂ ਤਾਂ ਭੱਜ ਗਿਆ ਵੱਡਾ ਗਰੇਵਾਲ ਤੋਂ ਉੱਤੋਂ ਮੇਰੇ ਤੇ ਪਰਚਾ ਪੈ ਜਾਣਾ ਸੀ ਉਹ ਜੇ ਪਰਚੇ ਪੈਣ ਤੋਂ ਡਰਦੇ ਹੁੰਦੇ ਸੰਤ ਜਰਨੈਲ ਸਿੰਘ ਜੀ ਅੱਜ ਬੈਠੇ ਹੁੰਦੇ ਜੇ ਪਰਚੇ ਪੈਣ ਤੋਂ ਡਰਦੇ ਹੁੰਦੇ ਸੰਤ ਹਵਾਰਾ ਜਿਹੜੇ ਆਪਣੇ ਕੌਮ ਦੇ ਸ਼ੇਰ ਕਿਹਾ ਜਾਂਦਾ ਜਿਨ੍ਹਾਂ ਨੂੰ ਹਵਾਰਾ ਜੀ ਉਹਨਾਂ ਦੇ ਗਲ ਦੇ ਵਿੱਚ ਅੱਜ ਜੰਜੀਰਾਂ ਨਹੀਂ ਹੋਣੀਆਂ ਸੀ ਜੇ ਪਰਚਿਆਂ ਤੋਂ ਡਰਦੇ ਹੁੰਦੇ ਤਾਂ ਉਹ ਉਹ ਪਰਚਿਆਂ ਤੋਂ ਨਹੀਂ ਡਰਦੇ ਸੀਗੇ ਸਿੰਘ ਜਿੱਥੇ ਖੜ ਗਿਆ ਖੜ ਗਿਆ ਗੁਰੂ ਦਾ ਸਿੰਘ ਪਰਚਿਆਂ ਤੋਂ ਡਰ ਦੁਰ ਕੇ ਭੱਜਣਾ ਗੁਰੂ ਦੇ ਸਿੰਘਾਂ ਦਾ ਕੰਮ ਨਹੀਂ ਹੁੰਦਾ ਇਹ ਕਤੀੜਾਂ ਦਾ ਕੰਮ ਹੁੰਦਾ ਜੜੀਆਂ ਹੈਨਾ ਆਪਾਂ ਕਹਨੇ ਆ ਤੇ ਤੁਸੀਂ ਕਹਨੇ ਹੋ ਮੋਨਿਆਂ ਨੂੰ ਤੁਸੀਂ ਭੇਡ ਬੱਕਰੀਆਂ ਕਹੀ ਜਾਂਦੇ ਹੋ ਯਾਰ ਸ਼ਰਮ ਨਹੀਂ ਆਉਂਦੀ ਤੁਹਾਨੂੰ ਗੁਰੂ ਘਰ ਦੇ ਵਿੱਚ ਜਿੱਥੇ ਮਰਜੀ ਚਲੇ ਜਾਇਓ ਜਿਹੜੇ ਸਿੰਘ ਹੁੰਦੇ ਆ ਨਾ ਥੋਡੇ ਵਰਗੇ ਸਿੰਘ ਕਹਿ ਰਿਹਾ ਮੈਂ ਅਸਲ ਦੇ ਵਿੱਚ ਜਿਹੜੇ ਸਿੰਘ ਹੁੰਦੇ ਉਹ ਕੁਝ ਹੋਰ ਹੁੰਦੇ ਆ ਥੋਡੇ ਵਰਗੇ ਸਿੰਘ ਨਾ ਪ੍ਰਸ਼ਾਦਾ ਛੱਕ ਕੇ ਤੇ ਆਪਦੇ ਬਰਤਨ ਉੱਤੇ ਰੱਖਦੇ ਨੇ ਮਾਂਜਦੇ ਵੀ ਨਹੀਂ ਸੇਵਾ ਕਰਨ ਵਾਲੇ ਨਾ 90% ਮੁੰਡਿਆਂ ਦੇ ਕੇਸ ਕੱਟੇ ਹੁੰਦੇ ਨੇ ਜਾਂ ਕਈਆਂ ਨੇ ਦਾੜ੍ਹੀ ਕੱਟੀ ਹੁੰਦੀ ਆ ਕੱਲੇ ਕੇਸ ਰੱਖੇ ਹੁੰਦੇ ਨੇ ਇਦਾਂ ਦੇ ਲੋਕ ਸੇਵਾ ਕਰਦੇ ਨੇ ਮੈਂ ਸੱਚ ਕਹਿ ਰਿਹਾ ਇਹ ਆਪਣੀ ਕੌਮ ਲਈ ਗਲਤੀ ਆ ਕਿ ਆਪਾਂ ਦਾੜ੍ਹੀ ਕੇਸ ਰੱਖ ਕੇ ਆਪਾਂ ਸੇਵਾ ਨਹੀਂ ਆਪਾਂ ਜਸਟ ਬਸ ਇੱਕ ਇੱਕ ਹੰਕਾਰ ਆਪਣਾ ਦਾ ਹੰਕਾਰ ਹੀ ਨਹੀਂ ਮਾਣ ਆਪਾਂ ਨੂੰ ਤਾਂ ਬਸ ਇੱਕ ਹੰਕਾਰ ਆਇਆ ਹੋਇਆ ਜੀ ਮੈਂ ਅਮਰਤ ਸ਼ਖ ਲਿਆ ਤੇ ਜਾਂ ਮੈਂ ਸਿੰਘ ਬਣ ਕੇ ਤੇ ਮੈਂ ਬਹੁਤ ਚੰਗੇ ਕੰਮ ਕਰ ਰਿਹਾ ਉਹ ਗੁਰੂ ਸਾਹਿਬ ਨੇ ਹੰਕਾਰ ਤੋਂ ਬਾਹਰ ਕੱਢਿਆ ਗਰਜੰਟ ਸਿੰਘ ਜੀ ਮੈਂ ਫੇਰ ਕਹਿ ਰਿਹਾ ਤੁਹਾਨੂੰ ਜੇ ਸੱਚੇ ਹਾਂ ਤਾਂ ਜਿੱਦਣ ਮਰਜੀ ਜਿੱਤੇ ਟਾਈਮ ਤੁਹਾਡਾ ਹੋਊਗਾ ਜਿੱਥੇ ਕਹੋਂਗੇ ਤੁਸੀਂ ਮੈਂ ਆਸਟ੍ਰੇਲੀਆ ਤਾਂ ਨਹੀਂ ਆ ਸਕਦਾ ਮੈਂ ਤੁਹਾਨੂੰ ਇਦਾਂ ਕਹਾਂ ਹਨਾ ਤੁਸੀਂ ਆ ਜਾਓ ਗੱਲ ਕਰ ਲੈਣੇ ਆ ਸਾਰੀ ਗੱਲ ਹੋਊਗੀ ਚਲੋ ਜੇ ਨਾ ਵੀ ਤੁਸੀਂ ਸਟ੍ਰੇਲੀਆ ਨਹੀਂ ਆ ਤੁਸੀਂ ਆਪਦੇ ਫੇਸਬੁੱਕ ਤੋਂ ਹੋ ਜਿਓ ਲਈ ਮੈਂ ਇਧਰੋਂ ਹੋ ਜਾਊਗਾ ਤੇ ਆਪਾਂ ਗੱਲਾਂ ਕਰ ਲਾਂਗੇ ਇੱਕ ਇੱਕ ਗੱਲ ਦੇ ਵਿੱਚ ਗਲਤ ਸਾਬਿਤ ਕਰ ਦੂੰਗਾ ਤੁਸੀਂ ਬਹੁਤ ਗੰਦੇ ਹੋ ਗਲਤ ਤੋਂ ਗੰਦਾ ਖੋਣਾ ਤੁਹਾਡਾ ਸਸੀ ਗਾਲ ਜੀ ਸਾਰਿਆਂ ਨੂੰ ਸੌਰੀ ਫॉर दैट ਅਗਰ ਜੇ ਮੈਂ ਕੁਝ ਬਹੁਤੀ ਗਲਤ ਬੋਲ ਬੋਲ ਗਿਆ ਹੋਵਾਂ ਤਾਂ ਪਰ ਮੇਰੇ ਤੋਂ ਰਿਹਾ ਨਹੀਂ ਗਿਆ ਜੀ ਮੇਰੀ ਜਮੀਰ ਮਰੀ ਨਹੀਂ ਹੋਈ ਮੇਰੀ ਜਮੀਰ ਜਾਗਦੀ ਆ ਬਹੁਤ ਲੋਕ ਮੈਨੂੰ ਗਾਲਾਂ ਵੀ ਕੱਢਣਗੇ ਪਰ ਮੈਂ ਸੱਚੀ ਕਹਿ ਰਿਹਾ ਮੇਰੇ ਮਨ ਦੇ ਵਿੱਚ ਇੱਕ ਵੀ ਪਰਸੈਂਟ ਉਹਦਾਂ ਦਾ ਨਹੀਂ ਹੈਗਾ ਜੀ ਮੈਂ ਤੁਹਾਨੂੰ ਕਹਾਂ ਮੇਰਾ ਬਹੁਤ ਵਧੀਆ ਕੰਮ ਸੈਟ ਆ ਮੈਨੂੰ ਕੋਈ ਲੋੜ ਨਹੀਂ ਹੈਗੀ ਜੀ ਪਬਲਿਸਿਟੀ ਦੀ ਮੈਂ ਸੱਚੀ ਦੱਸਾਂ ਦਾ ਪਰ ਮੇਰੇ ਤੋਂ ਰਹਿ ਨਹੀਂ ਗਿਆ ਮੈਂ ਇਹ ਹਾਲਾਤ ਜਿਹੜੇ ਦੇਖੇ ਮੈਨੂੰ ਆਉਣਾ ਪਿਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਇਹ ਨਾ ਸਮਝੋ ਵੀ ਮੈਂ ਸਿੰਗਰਾਂ ਦੇ ਮੈਂ ਤਾਂ ਕਰਕੇ ਸਿੰਗਰ ਮੈਂ ਕਿਸੇ ਸਿੰਗਰ ਦੀ ਸਪੋਰਟ ਵੀ ਨਹੀਂ ਕਰ ਰਿਹਾ ਜੀ ਪਰ ਜਿਹੜੀ ਗੱਲ ਸੱਚ ਆ ਮੈਂ ਸੱਚ ਦੱਸ ਰਿਹਾ ਸੱਚ ਦੇ ਨਾਲ ਜੀ ਅੱਜ ਸਿੰਗਰ ਸਹੀ ਨਹੀਂ ਤਾਂ ਮੈਂ ਉਹਨਾਂ ਨੂੰ ਕਹੂੰਗਾ ਜਿੱਥੇ ਸਿੰਗਰ ਗਲਤ ਹੋਣਗੇ ਮੈਂ ਕਹੂੰਗਾ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਸੁਣਨ ਲਈ ਤੇ ਸ਼ੇਅਰ ਕਰੋ ਜੇ ਚੰਗੀਆਂ ਲੱਗਣ ਤਾਂ ਆਪਦੀ ਜ਼ਮੀਰ ਨੂੰ ਪੁੱਛ ਕੇ ਦੇਖਿ ਤਤ ਬੇਸ਼ੱਕ ਤੁਸੀਂ ਬਲੌਕ ਮਾਰ ਦਿਓ ਜੀ ਜੇ ਚੰਗਾ ਲੱਗੇ ਤਾਂ ਹੀ ਸ਼ੇਅਰ ਕਰਿਓ ਸੱਸੀ ਗੱਲ ਜੀ ਸਾਰਿਆਂ ਨੂੰ